ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ, ਊਟੀ ਦੇ ਬਹੁਤ ਖੂਬਸੂਰਤ ਰੋਜ਼ ਗਾਰਡਨ, ਗੁਲਾਬਾਂ ਦਾ ਬਾਗ ਦੇ ਵਿੱਚੋਂ ਖੜ ਕੇ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਆਪਣੀ ਲਿਖੀ ਨਜ਼ਮ ਸਾਂਝੀ ਕਰ ਰਿਹਾ। ਕਿਣਮਿਣ ਹੋ ਰਹੀ ਆ, ਬੜਾ ਖੂਬਸੂਰਤ ਮੌਸਮ ਆ, ਤੋ ਗੌਰ ਫਰਮਾਉਣਾ। ਕਦੇ ਗਜ਼ਲ ਕਦੇ ਨਜ਼ਮ ਤੇ ਕਦੇ ਗੀਤ ਹੁੰਦੀ ਹੈ ਉਹ, ਕਦੇ ਗਜ਼ਲ ਕਦੇ ਨਜ਼ਮ ਤੇ ਕਦੇ ਗੀਤ ਹੁੰਦੀ ਹੈ ਉਹ, ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ, ਕਦੇ ਗਜ਼ਲ ਕਦੇ ਨਜ਼ਮ ਤੇ ਕਦੇ ਗੀਤ ਹੁੰਦੀ ਹੈ ਉਹ, ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ, ਉਹਦੇ ਨਿੱਕੇ ਨਿੱਕੇ ਰੋਸੇ ਛੂਹ ਜਾਂਦੇ ਦਿਲ ਨੂੰ, ਉਹਦੇ ਨਿੱਕੇ ਨਿੱਕੇ ਰੋਸੇ ਛੂਹ ਜਾਂਦੇ ਨੇ ਦਿਲ ਨੂੰ, ਮੇਰੀ ਆਗੋਸ਼ ਦੇ ਅੰਦਰ ਮੇਰੀ ਪ੍ਰੀਤ ਹੁੰਦੀ ਹੈ ਉਹ, ਮੇਰੀ ਆਗੋਸ਼ ਦੇ ਅੰਦਰ ਮੇਰੀ ਪ੍ਰੀਤ ਹੁੰਦੀ ਹੈ ਉਹ, ਉਸਦਾ ਸਜਣਾ ਫੱਬਣਾ ਕੁਝ ਵੱਖਰਾ ਜਿਹਾ ਹੋ ਗਿਆ ਹੁਣ, ਉਸਦਾ ਸਜਣਾ ਫੱਬਣਾ ਕੁਝ ਵੱਖਰਾ ਜਿਹਾ ਹੋ ਗਿਆ ਹੁਣ, ਇੱਕ ਚਾਹਤ ਅਜਿਹੀ ਬਣ ਗਈ, ਉਸਦਾ ਮਿਲਣਾ ਆਦਤ ਹੋ ਗਿਆ ਹੁਣ, ਜੀ ਕਰਦਾ ਬਹੁਤ ਕੁਝ ਆਖ ਦੇਵਾਂ, ਜੀ ਕਰਦਾ ਬਹੁਤ ਕੁਝ ਆਖ ਦੇਵਾਂ, ਇੱਕੋ ਸਾਹੇ ਸਭ ਕੁਝ ਦੇਵਾਂ ਬੋਲ, ਰੁਕ ਜਾਂਦਾ ਹਾਂ ਪਤਾ ਨਹੀਂ ਕੀ ਸੋਚ ਕੇ, ਨਹੀਂ ਤਾਂ ਦੇਣਾ ਸੀ ਦਿਲ ਨੂੰ ਖੋਲ, ਜਦ ਵੀ ਹੁੰਦਾ ਹਾਂ ਮੈਂ ਉਸਦੇ ਕੋਲ, ਇੱਕ ਤੜਫਣੀ ਜੀ ਹੁੰਦੀ ਹੈ ਅਨਮੋਲ, ਜੀ ਚਾਹੁੰਦਾ ਉਸਨੂੰ ਘੁੱਟ ਸੀਨੇ ਨਾਲ ਲਾ ਲਵਾਂ, ਅੱਖਾਂ ਮੂੰਦ ਕੇ ਕੁਝ ਪਲ ਉਸ ਨਾਲ ਬਿਤਾ ਲਵਾਂ, ਪਰ ਪਤਾ ਨਹੀਂ ਕਿਉਂ ਰੁਕ ਜਾਂਦਾ ਹਾਂ ਮੈਂ, ਤੜਫਣੀ ਤਾਂ ਹੈ, ਕਦੇ ਗਜ਼ਲ ਕਦੇ ਨਜ਼ਮ ਤੇ ਕਦੇ ਗੀਤ ਹੁੰਦੀ ਹੈ ਉਹ, ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ, ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ, ਜਦ ਵੀ ਮਿਲਦੀ ਹੈ ਮੇਰੀ ਮੀਤ ਹੁੰਦੀ ਹੈ ਉਹ। ਬਹੁਤ ਬਹੁਤ ਧੰਨਵਾਦ।